अगे का जी साडा एम एस पी दे कानून बनाओ, जिहड़ियां रहिंदियां मंगां ने साडियां लखीमपुर खीरी च जो कांड होया मैं दस्सिया हैगा उहदे कातलां नूं सज़ा दिवाओ। दूजी गल जो करजे की मार कारण किसान खुदकुशियां करियां दीगियां उन्होंने परिवारों हजे मुआवजा नहीं मिलिया हैगा, वो मुआवजा तो परिवारों नौकरी वो वास्ते अज असी ये किया है। इतने चोणों का जिहड़ा पंजाब दे विच आपदा सियासी जमीन है जिहड़ी वो बना रहा गा, असल दे विच साडे आ किसानां दे साडे आ भैणां दे ते मजदूरां दे किरती लोकां दे वो गल चुभदी है जिहड़ी आह दिनां दे विच थियाल च असीं दिल्ली दीआं बरूहां ते बैठ के तीन जिहड़े काले कानून ते साडे चुल्हे दी रोटी नूं लैके जा रहे ते उह रद्द करवा के आएंगे, उह करांगे क्योंकि जदों इह पंजाब च बड़ूगा ਤਾਂ ਕਰਕੇ ਜੋ ਜਿਹੜੀਆਂ ਹੁਣ ਇਹ ਕਾਰਪੋਰੇਟ ਘਰਾਣੇ ਨਾਲ ਸਾਂਝਾਂ ਜਿਹੜੀਆਂ ਇਹਦੀਆਂ ਉਹ ਇਹਨੇ ਆਉਣ ਵਾਲੇ ਦਿਨਾਂ 'ਚ ਵੀ ਪਕਾਉਣੀਆਂ ਹੈ। ਇਹਦੀਆਂ ਸਾਂਝਾਂ ਉਹ ਵਿਦੇਸ਼ੀ ਕੰਪਨੀਆਂ ਦੇ ਨੇ ਫਾਇਦੇ ਆ ਜਿਹੜੇ ਉਹ ਕਰਨੇ ਆ, ਇਸ ਕਰਕੇ ਮੋਦੀ ਨੂੰ ਆ ਉਹਨਾਂ ਅਸੀਂ ਜੋ ਪੰਜਾਬ ਦੇ ਵਿੱਚ ਆਉਣ 'ਤੇ ਵਿਰੋਧ ਕੀਤਾ ਅਤੇ ਆ ਪੂਤਲੇ ਸਾੜਿਆ ਜਿੱਦੇ 5 ਤਰੀਕ ਨੂੰ ਆਉਣਾ ਗਾ ਵਿਰੋਧ ਕਰਾਂਗੇ, ਪੰਜਾਬ ਕਣੀ ਨਹੀਂ ਝਾਕਣ ਦਿੰਦੇ। ਮੰਗਾਂ ਨੇ ਇਹ ਪੂਰੀਆਂ ਨਹੀਂ ਕੀਤੀਆਂ, ਜਦੋਂ ਵੋਟਾਂ ਹੁੰਦੀਆਂ ਨੇ ਉਸ ਟਾਈਮ ਇਹ ਸਾਡੇ ਘਰ ਘਰ ਜਾ ਕੇ ਹੱਥ ਜੋੜ ਕੇ ਸਾਨੂੰ ਬੇਨਤੀਆਂ ਕਰਦੇ ਨੇ ਸਾਨੂੰ ਵੋਟਾਂ ਪਾ, ਅਸੀਂ ਤੁਹਾਡੀਆਂ ਹਰ ਇੱਕ ਮੰਗਾਂ ਪੂਰੀਆਂ ਕਰਾਂਗੇ, ਪਰ ਸਾਡੇ ਬੱਚੇ ਨਾ ਹੀ ਉਹਨਾਂ ਨੂੰ ਨੌਕਰੀਆਂ ਮਿਲਦੀਆਂ ਨੇ ਨਾ ਹੀ ਸਾਡੇ ਕਾਰੋਬਾਰ ਸਾਰੇ ਠੱਪ ਹੋ ਰਹੇ ਨੇ, ਅਤੇ ਤੁਸੀਂ ਦੇਖ ਲਓ ਸਾਰੇ ਹੀ ਕਾਰਪੋਰੇਟ ਘਰਾਣੇ ਨੇ ਜਿਹਨੇ ਇਹਨਾਂ ਨੇ ਮਹਿੰਗਾਈ ਇੰਨੀ ਕਰ ਦਿੱਤੀ ਅਤੇ ਜਿੰਨੇ ਵੀ ਸਰਕਾਰੀ ਸੰਸਥਾਵਾਂ ਦੀ ਇਹਨਾਂ ਨੇ ਵੇਚ ਚੁੱਕੇ, ਜਿੰਨੇ ਏਅਰਪੋਰਟ ਨੇ BSNL ਲਾ ਲਓ ਤੁਸੀਂ, ਬਿਜਲੀ ਬੋਰਡ ਵੀ ਹੁਣ ਪ੍ਰਾਈਵੇਟ ਕਰਨ ਜਾ ਰਹੇ ਅਤੇ ਬੈਂਕਾਂ ਵੀ ਤੁਹਾਨੂੰ ਪਤਾ ਹੀ ਹੈ ਇਹ ਪ੍ਰਾਈਵੇਟ ਕਰ ਦਿੱਤੀਆਂ ਨੇ। ਸਾਡੇ ਲਈ ਇੰਨੀਆਂ ਜ਼ਮੀਨਾਂ ਨੇ ਜਾਇਦਾਦਾਂ ਨੇ ਪਰ ਸਾਡਾ ਉਹਨਾਂ ਦੇ ਵਿੱਚ ਗੁਜ਼ਾਰਾ ਨਹੀਂ ਹੁੰਦਾ, ਕਿਉਂ? ਕਿਉਂਕਿ ਉਹਨਾਂ ਨੇ ਸਾਨੂੰ ਪੂਰੇ ਰੇਟ ਨਹੀਂ ਮਿਲਦੇ ਅਤੇ ਸਾਡੇ ਉੱਪਰ ਹੋਰ MSP ਦਾ ਜਿਵੇਂ ਹੋਰ ਮੁੱਦੇ ਨੇ ਕਈ ਅਤੇ ਉਹ ਸਾਡੇ ਪੂਰੇ ਨਹੀਂ ਕਰ ਰਹੇ ਹੈਗੇ, ਅਤੇ ਸਾਡੇ ਮਜ਼ਦੂਰ ਭਰਾ ਨੇ ਅਤੇ ਉਹਨਾਂ ਨੂੰ ਵੀ ਬਹੁਤ ਕਸ਼ਟ ਕੀਤਾ ਜਾਂਦਾ ਉਹਨਾਂ ਦੇ ਉੱਤੇ, ਜੇ ਦੁਕਾਨਦਾਰ ਨੇ ਹੁਣ ਤੁਹਾਨੂੰ ਪਤਾ ਹੀ ਹੈ ਇਹ ਵੱਡੇ ਵੱਡੇ ਕਾਰਪੋਰੇਟ ਘਰਾਣੇ ਨੇ ਜਿਹੜੇ ਸਲਾਹ ਕਰ ਰਹੇ ਨੇ ਅਤੇ ਵੱਡੇ ਵੱਡੇ ਮੋਲ ਲੈ ਕੇ ਆਉਣਗੇ ਅਤੇ ਦੁਕਾਨਦਾਰਾਂ ਨੂੰ ਸਾਰਿਆਂ ਨੂੰ ਠੱਪ ਕਰਨਗੇ।